ਰਾਮ ਮੰਦਿਰ ਚ ਲੱਗੇਗੀ 6 ਕੁਇੰਟਲ ਦੀ ਘੰਟੀ। ਘੰਟੀ ਤੇ ਲਿਖਿਆ ਹੈ ਜੈ ਸ਼੍ਰੀ ਰਾਮ। ਚਾਰ ਸੌ ਕਾਰੀਗਰਾਂ ਨੇ ਕੀਤੀ ਦਿਨ ਰਾਤ ਮਿਹਨਤ। ਬਿਨਾਂ ਜੋੜ ਤੋਂ ਬਣਨ ਵਾਲੀ ਪਹਿਲੀ ਵਿਸ਼ਾਲ ਘੰਟੀ। ਅਯੋਧਿਆ ਦੇ ਵਿੱਚ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਇਸ ਕਦਰ ਉਤਸ਼ਾਹ ਹੈ ਕਿ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਉਦਘਾਟਨ ਦੀ ਤਿਆਰੀ ਕਰ ਰਿਹਾ ਹੈ ਅਤੇ ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਵੱਲੋਂ ਰਾਮ ਦਰਬਾਰ ਦੇ ਵਿੱਚ ਕੁਝ ਭੇਟ ਕਰਨ। ਅਜਿਹੇ ਇੱਕ ਪਰਿਵਾਰ ਦੇ ਵੱਲੋਂ 6 ਕੁਇੰਟਲ ਦੀ ਘੰਟੀ ਤਿਆਰ ਕਰਵਾਈ ਗਈ ਹੈ ਜੋ ਰਾਮ ਮੰਦਿਰ ਦੇ ਵਿੱਚ ਲਗਾਈ ਜਾਏਗੀ, ਜਿਸ ਦੀਆਂ ਤਸਵੀਰਾਂ ਵੀ ਹੁਣ ਸੋਸ਼ਲ ਮੀਡੀਆ ਤੇ ਸਾਹਮਣੇ ਆ ਚੁੱਕੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਜੋ ਘੰਟੀ ਤੁਸੀਂ ਦੇਖ ਰਹੇ ਹੋ ਇਹ 6 ਕੁਇੰਟਲ ਦੀ ਹੈ, ਜਿਸ ਦੇ ਉੱਤੇ ਜੈ ਸ਼੍ਰੀ ਰਾਮ ਲਿਖਿਆ ਹੋਇਆ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਹੀ ਜਲੇਸਰ ਦੇ ਇੱਕ ਪਰਿਵਾਰ ਦੇ ਵੱਲੋਂ ਇਸ ਨੂੰ ਤਿਆਰ ਕਰਵਾਇਆ ਗਿਆ ਹੈ। ਇਸ ਘੰਟੀ ਦੀਆਂ ਖਾਸੀਅਤਾਂ ਇਹ ਨੇ ਕਿ ਪਹਿਲਾਂ ਤਾਂ ਇਹਨੂੰ 400 ਕਾਰੀਗਰਾਂ ਦੇ ਵੱਲੋਂ ਦਿਨ ਰਾਤ ਮਿਹਨਤ ਕਰਕੇ ਬਣਾਇਆ ਗਿਆ ਹੈ। ਇਸ ਘੰਟੀ ਦੀ ਲਾਗਤ 25 ਲੱਖ ਰੁਪਏ ਹੈ। ਇਹ ਘੰਟੀ 8 ਧਾਤਾਂ ਤੋਂ ਮਿਲ ਕੇ ਬਣੀ ਹੈ ਤੇ ਸਭ ਤੋਂ ਵੱਡੀ ਗੱਲ ਇਸ ਘੰਟੀ ਦੀ ਇਹ ਹੈ ਕਿ ਇਹ ਪਹਿਲੀ ਅਜਿਹੀ ਵਿਸ਼ਾਲ ਘੰਟੀ ਹੈ ਜੋ ਬਿਨਾਂ ਕਿਸੇ ਜੋੜ ਤੋਂ ਤਿਆਰ ਕੀਤੀ ਗਈ ਹੈ ਇੱਕੋ ਹੀ ਪੀਸ ਦੇ ਵਿੱਚ। ਹਾਲਾਂਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਵਿਸ਼ਾਲ ਘੰਟੀਆਂ ਬਣਾਈਆਂ ਜਾਂਦੀਆਂ ਨੇ ਉਹ 2 ਹਿੱਸਿਆਂ ਦੇ ਵਿੱਚ ਬਣਾ ਕੇ ਜੋੜੀਆਂ ਜਾਂਦੀਆਂ ਨੇ, ਪਰ ਇਹ ਇੱਕ ਅਜਿਹੀ ਵਿਸ਼ਾਲ ਘੰਟੀ ਹੈ ਜਿਹਨੂੰ ਪਹਿਲੀ ਵਾਰ ਇੱਕੋ ਹੀ ਪੀਸ ਦੇ ਵਿੱਚ ਬਿਨਾਂ ਜੋੜ ਤੋਂ ਤਿਆਰ ਕੀਤਾ ਗਿਆ ਹੈ। ਇਸ ਘੰਟੀ ਦੀ ਚੌੜਾਈ ਅੰਦਰੋਂ 5 ਫੁੱਟ ਹੈ ਤੇ ਬਾਹਰੋਂ 15 ਫੁੱਟ ਤੇ ਇਸ ਦੀ ਲੰਬਾਈ 8 ਫੁੱਟ ਹੈ। ਦੱਸ ਦਈਏ ਕਿ ਇੱਕ ਫੈਕਟਰੀ ਦੇ ਵਿੱਚ ਕਰੀਬ 400 ਕਰਮਚਾਰੀਆਂ ਦੇ ਵੱਲੋਂ ਦਿਨ ਰਾਤ ਮਿਹਨਤ ਕਰਕੇ ਇਸ ਵਿਸ਼ਾਲ ਘੰਟੀ ਦਾ ਨਿਰਮਾਣ ਕੀਤਾ ਗਿਆ ਹੈ ਤੇ ਜਲਦ ਹੀ ਇਸ ਨੂੰ ਮੰਦਿਰ ਦੇ ਅੰਦਰ ਲਗਾਇਆ ਜਾਏਗਾ। ਜਲੇਸਰ ਦੇ ਪਰਿਵਾਰ ਵੱਲੋਂ ਇਸ ਨੂੰ ਤਿਆਰ ਕਰਵਾਇਆ ਗਿਆ ਹੈ ਤੇ ਇਸ ਨੂੰ ਰਾਮ ਮੰਦਿਰ ਚ ਭੇਂਟ ਕੀਤਾ ਜਾਏਗਾ। ਇਸ ਘੰਟੀ ਨੂੰ ਤਿਆਰ ਕਰਨ ਵਾਲੇ ਕਾਰੀਗਰਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਘੰਟੀ ਦੀ ਖਾਸੀਅਤ ਇਹੀ ਹੈ ਕਿ ਜਲੇਸਰ ਦੀ ਮਿੱਟੀ ਦੇ ਨਾਲ ਤਿਆਰ ਕੀਤੀ ਗਈ ਹੈ। ਜਲੇਸਰ ਦੀ ਮਿੱਟੀ ਇੰਨੀ ਗੁਣਵਾਨ ਹੈ ਕਿ ਮੰਦਿਰਾਂ ਦੀਆਂ ਘੰਟੀਆਂ ਇਸ ਮਿੱਟੀ ਦੇ ਨਾਲ ਹੀ ਤਿਆਰ ਹੁੰਦੀਆਂ ਨੇ। ਇਸ ਘੰਟੀ ਦੇ ਵਿੱਚੋਂ ਜੋ ਓਮ ਦੀ ਆਵਾਜ਼ ਆਉਂਦੀ ਹੈ ਉਸਦੀ ਖਾਸੀਅਤ ਇਹੀ ਹੈ ਕਿ ਇਹ ਜਲੇਸਰ ਦੀ ਮਿੱਟੀ ਤੋਂ ਬਣਾਈ ਗਈ ਹੈ। 6 ਕੁਇੰਟਲ ਦੀ ਇਸ ਵਿਸ਼ਾਲ ਘੰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਅਤੇ ਇਸ ਨੂੰ ਦੇਖ ਕੇ ਹਰ ਕਿਸੇ ਸ਼ਰਧਾਲੂ ਦਾ ਮਨ ਆਸਥਾ ਦੇ ਨਾਲ ਭਰ ਜਾਂਦਾ ਹੈ। ਰਾਮ ਮੰਦਿਰ ਚ ਲੱਗੇਗੀ 6 ਕੁਇੰਟਲ ਦੀ ਘੰਟੀ। ਘੰਟੀ ਤੇ ਲਿਖਿਆ ਹੈ ਜੈ ਸ਼੍ਰੀ ਰਾਮ। ਚਾਰ ਸੌ ਕਾਰੀਗਰਾਂ ਨੇ ਕੀਤੀ ਦਿਨ ਰਾਤ ਮਿਹਨਤ। ਬਿਨਾਂ ਜੋੜ ਤੋਂ ਬਣਨ ਵਾਲੀ ਪਹਿਲੀ ਵਿਸ਼ਾਲ ਘੰਟੀ। ਅਯੋਧਿਆ ਦੇ ਵਿੱਚ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਇਸ ਕਦਰ ਉਤਸ਼ਾਹ ਹੈ ਕਿ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਉਦਘਾਟਨ ਦੀ ਤਿਆਰੀ ਕਰ ਰਿਹਾ ਹੈ ਅਤੇ ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਵੱਲੋਂ ਰਾਮ ਦਰਬਾਰ ਦੇ ਵਿੱਚ ਕੁਝ ਭੇਟ ਕਰਨ। ਅਜਿਹੇ ਇੱਕ ਪਰਿਵਾਰ ਦੇ ਵੱਲੋਂ 6 ਕੁਇੰਟਲ ਦੀ ਘੰਟੀ ਤਿਆਰ ਕਰਵਾਈ ਗਈ ਹੈ ਜੋ ਰਾਮ ਮੰਦਿਰ ਦੇ ਵਿੱਚ ਲਗਾਈ ਜਾਏਗੀ, ਜਿਸ ਦੀਆਂ ਤਸਵੀਰਾਂ ਵੀ ਹੁਣ ਸੋਸ਼ਲ ਮੀਡੀਆ ਤੇ ਸਾਹਮਣੇ ਆ ਚੁੱਕੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਜੋ ਘੰਟੀ ਤੁਸੀਂ ਦੇਖ ਰਹੇ ਹੋ ਇਹ 6 ਕੁਇੰਟਲ ਦੀ ਹੈ,
ਜਿਸ ਦੇ ਉੱਤੇ ਜੈ ਸ਼੍ਰੀ ਰਾਮ ਲਿਖਿਆ ਹੋਇਆ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਹੀ ਜਲੇਸਰ ਦੇ ਇੱਕ ਪਰਿਵਾਰ ਦੇ ਵੱਲੋਂ ਇਸ ਨੂੰ ਤਿਆਰ ਕਰਵਾਇਆ ਗਿਆ ਹੈ। ਇਸ ਘੰਟੀ ਦੀਆਂ ਖਾਸੀਅਤਾਂ ਇਹ ਨੇ ਕਿ ਪਹਿਲਾਂ ਤਾਂ ਇਹਨੂੰ 400 ਕਾਰੀਗਰਾਂ ਦੇ ਵੱਲੋਂ ਦਿਨ ਰਾਤ ਮਿਹਨਤ ਕਰਕੇ ਬਣਾਇਆ ਗਿਆ ਹੈ। ਇਸ ਘੰਟੀ ਦੀ ਲਾਗਤ 25 ਲੱਖ ਰੁਪਏ ਹੈ। ਇਹ ਘੰਟੀ 8 ਧਾਤਾਂ ਤੋਂ ਮਿਲ ਕੇ ਬਣੀ ਹੈ ਤੇ ਸਭ ਤੋਂ ਵੱਡੀ ਗੱਲ ਇਸ ਘੰਟੀ ਦੀ ਇਹ ਹੈ ਕਿ ਇਹ ਪਹਿਲੀ ਅਜਿਹੀ ਵਿਸ਼ਾਲ ਘੰਟੀ ਹੈ ਜੋ ਬਿਨਾਂ ਕਿਸੇ ਜੋੜ ਤੋਂ ਤਿਆਰ ਕੀਤੀ ਗਈ ਹੈ ਇੱਕੋ ਹੀ ਪੀਸ ਦੇ ਵਿੱਚ। ਹਾਲਾਂਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਵਿਸ਼ਾਲ ਘੰਟੀਆਂ ਬਣਾਈਆਂ ਜਾਂਦੀਆਂ ਨੇ ਉਹ 2 ਹਿੱਸਿਆਂ ਦੇ ਵਿੱਚ ਬਣਾ ਕੇ ਜੋੜੀਆਂ ਜਾਂਦੀਆਂ ਨੇ, ਪਰ ਇਹ ਇੱਕ ਅਜਿਹੀ ਵਿਸ਼ਾਲ ਘੰਟੀ ਹੈ ਜਿਹਨੂੰ ਪਹਿਲੀ ਵਾਰ ਇੱਕੋ ਹੀ ਪੀਸ ਦੇ ਵਿੱਚ ਬਿਨਾਂ ਜੋੜ ਤੋਂ ਤਿਆਰ ਕੀਤਾ ਗਿਆ ਹੈ। ਇਸ ਘੰਟੀ ਦੀ ਚੌੜਾਈ ਅੰਦਰੋਂ 5 ਫੁੱਟ ਹੈ ਤੇ ਬਾਹਰੋਂ 15 ਫੁੱਟ ਤੇ ਇਸ ਦੀ ਲੰਬਾਈ 8 ਫੁੱਟ ਹੈ। ਦੱਸਦੀ ਕਿ ਇੱਕ ਫੈਕਟਰੀ ਦੇ ਵਿੱਚ ਕਰੀਬ 400 ਕਰਮਚਾਰੀਆਂ ਦੇ ਵੱਲੋਂ ਦਿਨ ਰਾਤ ਮਿਹਨਤ ਕਰਕੇ ਇਸ ਵਿਸ਼ਾਲ ਘੰਟੀ ਦਾ ਨਿਰਮਾਣ ਕੀਤਾ ਗਿਆ ਹੈ ਤੇ ਜਲਦ ਹੀ ਇਸ ਨੂੰ ਮੰਦਿਰ ਦੇ ਅੰਦਰ ਲਗਾਇਆ ਜਾਏਗਾ। ਜਲੇਸਰ ਦੇ ਪਰਿਵਾਰ ਵੱਲੋਂ ਇਸ ਨੂੰ ਤਿਆਰ ਕਰਵਾਇਆ ਗਿਆ ਹੈ ਤੇ ਇਸ ਨੂੰ ਰਾਮ ਮੰਦਿਰ ਚ ਭੇਂਟ ਕੀਤਾ ਜਾਏਗਾ। ਇਸ ਘੰਟੀ ਨੂੰ ਤਿਆਰ ਕਰਨ ਵਾਲੇ ਕਾਰੀਗਰਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਘੰਟੀ ਦੀ ਖਾਸੀਅਤ ਇਹੀ ਹੈ ਕਿ ਜਲੇਸਰ ਦੀ ਮਿੱਟੀ ਦੇ ਨਾਲ ਤਿਆਰ ਕੀਤੀ ਗਈ ਹੈ। ਜਲੇਸਰ ਦੀ ਮਿੱਟੀ ਇੰਨੀ ਗੁਣਵਾਨ ਹੈ ਕਿ ਮੰਦਿਰਾਂ ਦੀਆਂ ਘੰਟੀਆਂ ਇਸ ਮਿੱਟੀ ਦੇ ਨਾਲ ਹੀ ਤਿਆਰ ਹੁੰਦੀਆਂ ਨੇ। ਇਸ ਘੰਟੀ ਦੇ ਵਿੱਚੋਂ ਜੋ ਓਮ ਦੀ ਆਵਾਜ਼ ਆਉਂਦੀ ਹੈ ਉਸਦੀ ਖਾਸੀਅਤ ਇਹੀ ਹੈ ਕਿ ਇਹ ਜਲੇਸਰ ਦੀ ਮਿੱਟੀ ਤੋਂ ਬਣਾਈ ਗਈ ਹੈ। 6 ਕੁਇੰਟਲ ਦੀ ਇਸ ਵਿਸ਼ਾਲ ਘੰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਨੇ ਅਤੇ ਇਸ ਨੂੰ ਦੇਖ ਕੇ ਹਰ ਕਿਸੇ ਸ਼ਰਧਾਲੂ ਦਾ ਮਨ ਆਸਥਾ ਦੇ ਨਾਲ ਭਰ ਜਾਂਦਾ ਹੈ।